ਜੇ ਸਾਡੇ ਹੱਕ ਨਾ ਮਿਲੇ ਤੇ ਅਸੀਂ ਆਪਣੇ ਹੱਕ ਲੈਣ ਲਈ ਇੱਥੇ ਭਾਵੇਂ 2 ਸਾਲ ਵੀ ਖੜੇ ਰਹਿਣ ਸਾਡੇ ਭਰਾ ਅਸੀਂ ਵੀ ਉਹਨਾਂ ਦੇ ਨਾਲ ਖੜੇ ਆ ਫਿਲਮ ਜ਼ਰੀਏ ਵੀਡੀਓ ਜ਼ਰੀਏ ਅਸੀਂ ਹਮੇਸ਼ਾ ਉਹਨਾਂ ਵੱਲ ਦਾ ਹਾਂ ਦਾ ਨਾਰਾ ਮਾਰਦੇ ਰਵਾਂਗੇ ਕਿਸਾਨ ਭਰਾਵਾਂ ਲਈ ਔਰ ਜਿਹੜੇ ਸਰਕਾਰਾਂ ਨੇ ਉਹਨਾਂ ਤੇ ਲਾਂਤਾ ਪਾਉਂਦੀਆਂ ਕਈਆਂ ਦੇ ਪੋਤੇ ਨਾਲ ਬੜਾ ਪਿਆਰ ਹੁੰਦਾ ਦਾਦੇ ਨਾਲ ਦਾਦਾ ਹੁਣ ਇੱਥੇ ਰੈਲੀ 'ਚ ਬੈਠਾ ਹੈਨਾ ਤੇ ਉਹ ਵੀ ਕਿੰਨਾ ਮੋਹ ਜਿਹੜਾ ਟੁੱਟਦਾ ਜਾ ਰਿਹਾ ਤੇ ਇਹ ਬੇਨਤੀ ਆ ਸਰਕਾਰਾਂ ਨੂੰ ਕਿ ਕੰਮ ਖਤਮ ਕਰੋ ਹੁਣ ਚੰਗਾ ਜਿਹਾ ਨਹੀਂ ਲੱਗਦਾ ਦੇਸ਼ ਲਈ ਅਸੀਂ ਦੇਸ਼ ਦੇ ਨਾਗਰਿਕ ਹਾਂ ਤੁਸੀਂ ਸਾਡਾ ਖਿਆਲ ਰੱਖਣਾ ਜੇ ਤੁਸੀਂ ਸਾਡੀ ਨਹੀਂ ਮੰਨਣੀ ਤਾਂ ਫਿਰ ਅਸੀਂ ਕਿੰਨਾ ਜਾ ਕੇ ਦੱਸੀਏ ਸਰਕਾਰਾਂ ਨੂੰ ਅਸੀਂ ਇਹ ਕਹਿੰਦੇ ਹਾਂ ਹੱਥ ਜੋੜ ਕੇ ਬੇਨਤੀ ਅਸੀਂ ਤਾਂ ਪਹਿਲਾਂ ਸਿਆਣੇ ਕਹਿੰਦੇ ਹੱਥ ਜੋੜ ਕੇ ਕਹੋ ਨੰਬਰ ਆਪਣੇ ਠੰਡੇ ਸੁਭਾਅ ਰੱਖੋ ਜੇ ਨਹੀਂ ਮੰਨਦੇ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਵੀ ਕੀ ਹੁੰਦਾ D5 ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਸਿੰਘੂ ਬਾਰਡਰ ਤੇ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਚਾਚੇ ਬਿਸ਼ਨੇ ਨਾਲ ਜਿਹੜਾ ਕਮੇਡੀ ਕਲਾਕਾਰ ਨੇਗੇ ਉਹ ਅੱਜ ਧਰਨੇ ਦੇ ਵਿੱਚ ਆਏ ਨੇ ਅੰਦੋਲਨ ਦੇ ਵਿੱਚ ਆਏ ਨੇ ਕਿਸਾਨਾਂ ਦੀ ਹਮਾਇਤ ਤੇ ਆਏ ਨੇ ਅੱਜ ਉਹਨਾਂ ਨਾਲ ਗੱਲ ਕਰਦੇ ਹਾਂ ਕੀ ਕਹਿਣਾ ਉਹਨਾਂ ਦਾ ਜਿਸ ਤਰ੍ਹਾਂ ਜੀ ਤੁਸੀਂ ਅੱਜ ਧਰਨੇ ਦੇ ਵਿੱਚ ਆਏ ਹੋਗੇ ਤੇ ਤੁਹਾਨੂੰ ਕੀ ਲੱਗ ਰਿਹਾ ਹੈਗਾ ਜਿਹੜਾ ਮੋਦੀ ਸਰਕਾਰ ਇੰਨਾ ਅੜੀਅਲ ਰਵੱਈਆ ਵਰਤ ਰਹੀ ਹੈਗੀ ਕਿਸਾਨਾਂ ਦੇ ਉੱਪਰ ਜਿਹੜੇ ਕਾਲੇ ਕਾਨੂੰਨ ਲਾਗੂ ਕੀਤੇ ਗਏ ਨੇ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕਿਸਾਨ ਬੜੇ ਚਿਰ ਤੋਂ ਇੱਥੇ ਸੰਘਰਸ਼ ਕਰ ਰਹੇ ਨੇ ਦੇਖੋ ਜੀ ਸਿਆਣੇ ਕਹਿੰਦੇ ਹੁੰਦੇ ਨੇ ਕਿ ਜਿਸ ਪਹਿਲਾਂ ਰਾਜੇ ਮਹਾਰਾਜੇ ਰਾਜ ਕਰਦੇ ਸੀ ਨਾ ਉਹ ਆਪਣੀ ਪ੍ਰਜਾ ਦਾ ਖਿਆਲ ਰੱਖਦੇ ਸੀ ਅਤੇ ਪ੍ਰਜਾ ਨੂੰ ਕਦੀ ਦੁੱਖ ਨਹੀਂ ਸੀ ਆਉਂਦਾ ਅਤੇ ਉਹ ਹਮੇਸ਼ਾ ਉਹ ਆਪਣੇ ਰਾਜੇ ਦੀ ਸਿਫਤ ਕਰਦੇ ਸੀ ਔਰ ਜੇ ਅੱਜ ਇਹ ਸਾਡੇ 'ਤੇ ਰਾਜ ਕਰ ਰਹੇ ਆ ਪ੍ਰਧਾਨ ਤਾਂ ਜੋ ਵੀ ਚੁਣਿਆ ਚੋਣਾਂ ਦੇ ਜ਼ਰੀਏ ਚੁਣਿਆ ਗਿਆ ਪਰ ਜੇ ਸਾਡਾ ਖਿਆਲ ਨਹੀਂ ਰੱਖਣਗੇ ਤਾਂ ਫਿਰ ਸਾਨੂੰ ਇਹੋ ਜਿਹੇ ਪ੍ਰਧਾਨ ਦੀ ਮੰਤਰੀ ਦੀ ਕੋਈ ਲੋੜ ਨਹੀਂ ਅਸੀਂ ਇਹ ਸਰਕਾਰ ਗੜੀ ਅਪੀਲ ਕਰਦੇ ਹਾਂ ਕਿ ਇਹ ਸਾਡੇ ਮਤਲਬ ਜਿਹੜੇ ਕਿਸਾਨ ਭਰਾ ਨੇ ਤੁਹਾਡੇ ਹੀ ਬੱਚੇ ਆ ਮਤਲਬ ਸਭ ਕੁਛ ਅਸੀਂ ਦੇਸ਼ ਲਈ ਅਸੀਂ ਦੇਸ਼ ਦੇ ਨਾਗਰਿਕ ਹਾਂ ਤੁਸੀਂ ਸਾਡਾ ਖਿਆਲ ਰੱਖਣਾ ਜੇ ਤੁਸੀਂ ਸਾਡੀ ਨਹੀਂ ਮੰਨਣੀ ਤਾਂ ਫਿਰ ਅਸੀਂ ਕਿੰਨਾ ਜਾ ਕੇ ਦੱਸੀਏ ਸਰਕਾਰਾਂ ਨੂੰ ਅਸੀਂ ਇਹ ਕਹਿੰਦੇ ਹਾਂ ਹੱਥ ਜੋੜ ਕੇ ਬੇਨਤੀ ਅਸੀਂ ਤਾਂ ਪਹਿਲਾਂ ਸਿਆਣੇ ਕਹਿੰਦੇ ਹੱਥ ਜੋੜ ਕੇ ਕਹੋ ਨੰਬਰ ਆਪਣੇ ਠੰਡੇ ਸੁਭਾਅ ਨਾਲ ਕਹੋ ਜੇ ਨਹੀਂ ਮੰਨਦੇ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਵੀ ਕੀ ਹੁੰਦਾ ਸੋ ਅਸੀਂ ਇਹ ਸਰਕਾਰਾਂ ਗਾੜੀ ਗੁਜ਼ਾਰਿਸ਼ ਹੀ ਕਰਦੇ ਹਾਂ ਕਿਉਂਕਿ ਕਲਾਕਾਰ ਤਾਂ ਹਮੇਸ਼ਾ ਠੰਡੇ ਸੁਭਾਅ ਦੇ ਹੁੰਦੇ ਅਸੀਂ ਸਾਰੇ ਹੀ ਕਲਾਕਾਰ ਭਾਈਚਾਰੇ ਇਹੋ ਬੇਨਤੀ ਕਰਦੇ ਹਾਂ ਸਰਕਾਰਾਂ ਨੂੰ ਕਿ ਜਿਹੜੇ 3 ਕਾਨੂੰਨ ਸਾਡੇ ਦੇ ਕਾਲੇ ਕਾਨੂੰਨ ਥੋਪੇ ਗਏ ਇਹਨਾਂ ਨੂੰ ਰੱਦ ਕੀਤਾ ਜਾਵੇ ਕਿਸਾਨ ਭਰਾ ਆਪਣੇ ਬੱਚਿਆਂ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਘਰ ਵਾਪਸ ਜਾਣ ਕਿਉਂਕਿ ਇਹਦੇ ਨਾਲ ਦੇਖੋ ਸਾਰਿਆਂ ਦਾ ਕਿੱਤਾ ਖਰਾਬ ਹੋ ਰਿਹਾ ਹੁਣ ਜਿਹੜੇ ਦਿੱਲੀ ਦੀਆਂ ਸੜਕਾਂ ਦੇ ਉੱਤੇ ਸਾਰਿਆਂ ਦੇ ਬਿਜ਼ਨਸ ਤੁਹਾਨੂੰ ਪਤਾ ਹੀ ਹੈ ਸਾਰੇ ਪੰਜਾਬ ਦਾ ਕੀ ਹਾਲਾਤ ਹਰਿਆਣੇ ਹਰਿਆਣੇ ਦਾ ਕੀ ਹਾਲਾਤ ਆ ਜਿਹੜੇ ਜਿਹੜੇ ਵੀ ਸਾਡੇ ਜਿੱਥੋਂ ਜਿੱਥੋਂ ਲੋਕ ਆਏ ਨੇ ਭਰਾ ਰਾਜਸਥਾਨ ਤੋਂ ਜਿਹੜੇ ਆਏ ਨੇ ਸਾਰਿਆਂ ਦਾ ਬੁਰਾ ਹਾਲ ਹੋਇਆ ਪਿਆ ਇਹ ਕਾਰੋਬਾਰ ਠੱਪ ਹੋਏ ਪਏ ਆ ਦੁਕਾਨਾਂ ਵਾਲਿਆਂ ਦਾ ਵੀ ਬੁਰਾ ਹਾਲ ਆ ਕਿਸਾਨ ਭਰਾਵਾਂ ਦਾ ਉਹ ਤੋਂ ਬੁਰਾ ਹਾਲ ਆ ਜਿਹੜੇ ਆਪਣੇ ਪਰਿਵਾਰ ਮੇਰੇ ਹਿਸਾਬ ਨਾਲ ਉਹਨਾਂ ਨੇ ਆਪਣੇ ਬੱਚਿਆਂ ਨੂੰ ਕਿੰਨਾ ਚਿਰ ਹੋ ਗਿਆ ਵੇਖਿਆ ਹੀ ਨਹੀਂ ਉਹਨਾਂ ਦੀਆਂ ਪੜ੍ਹਾਈਆਂ ਤੱਕ ਬੱਚਿਆਂ ਦੀ ਖਰਾਬ ਹੋ ਰਹੀਆਂ ਉਧਰ ਸਕੂਲ 'ਚ ਕਹਿ ਰਹੇ ਕਿ ਬੱਚਿਆਂ ਦੇ ਪੇਰੈਂਟਸ ਨੂੰ ਬੁਲਾਓ ਹੁਣ ਇੱਥੋਂ ਘਰ ਦੇ ਵਿੱਚ ਹੁਣ ਕਈਆਂ ਦੇ ਪੋਤੇ ਨਾਲ ਬੜਾ ਪਿਆਰ ਹੁੰਦਾ ਦਾਦੇ ਨਾਲ ਦਾਦਾ ਹੁਣ ਇੱਥੇ ਰੈਲੀ 'ਚ ਬੈਠਾ ਹੈਨਾ ਤੇ ਉਹ ਵੀ ਕਿੰਨਾ ਮੋਹ ਜਿਹੜਾ ਟੁੱਟਦਾ ਜਾ ਰਿਹਾ ਤੇ ਇਹ ਬੇਨਤੀ ਆ ਸਰਕਾਰਾਂ ਨੂੰ ਕਿ ਕੰਮ ਖਤਮ ਕਰੋ ਹੁਣ ਚੰਗਾ ਜਿਹਾ ਨਹੀਂ ਲੱਗਦਾ ਤੇ ਅਸੀਂ ਤਾਂ ਇਹੀ ਦੁਆ ਕਰਦੇ ਸੱਚੇ ਪਾਤਸ਼ਾਹ ਗਾੜੀ ਕਿ ਮੈਦਾਨ ਫਤਿਹ ਕਰਨ ਸਾਡੇ ਕਿਸਾਨ ਭਰਾ ਤੇ ਹੱਸਦੇ ਹੱਸਦੇ ਘਰਾਂ ਨੂੰ ਚਾਲੇ ਪਾਉਣ ਇਹ ਸੰਘਰਸ਼ਾਂ 'ਚ ਕੁਛ ਨਹੀਂ ਰੱਖਿਆ ਪਰ ਜੇ ਸਾਡੇ ਹੱਕ ਨਾ ਮਿਲੇ ਤੇ ਅਸੀਂ ਆਪਣੇ ਹੱਕ ਲੈਣ ਲਈ ਇੱਥੇ ਭਾਵੇਂ 2 ਸਾਲ ਵੀ ਖੜੇ ਰਹਿਣ ਸਾਡੇ ਭਰਾ ਅਸੀਂ ਵੀ ਉਹਨਾਂ ਦੇ ਨਾਲ ਖੜੇ ਹਾਂ ਫਿਲਮ ਜ਼ਰੀਏ ਵੀਡੀਓ ਜ਼ਰੀਏ ਅਸੀਂ ਹਮੇਸ਼ਾ ਉਹਨਾਂ ਵੱਲ ਦਾ ਹਾਂ ਦਾ ਨਾਰਾ ਮਾਰਦੇ ਰਵਾਂਗੇ ਕਿਸਾਨ ਭਰਾਵਾਂ ਲਈ ਔਰ ਜਿਹੜੇ ਸਰਕਾਰਾਂ ਨੇ ਉਹਨਾਂ 'ਤੇ ਲਾਂਤਾ ਪਾਉਂਦੇ ਰਵਾਂਗੇ ਜਿਸ ਤਰ੍ਹਾਂ ਤੁਹਾਡੀਆਂ ਕੋਈ ਕਿਸਾਨੀ ਪ੍ਰਤੀ ਫਿਲਮਾਂ ਵੀ ਆ ਰਹੀਆਂ ਨੇ ਜੀਆਂ ਜਿਸ ਦਾ ਸਟੇਜ 'ਤੇ ਤੁਸੀਂ ਕਿਹਾ ਸੀਗਾ ਜੀ ਹਾਂਜੀ ਇੱਕ ਸਾਡੀ ਫਿਲਮ ਆਈ ਸੀ ਸਿਆਣਾ ਕਿਸਾਨ ਯੂਟਿਊਬ 'ਤੇ ਚੱਲ ਚੁੱਕੀ ਆ ਔਰ ਇੱਕ ਸਾਡੀ ਆਈ ਸੀ ਕਿਸਾਨਾਂ ਦੇ ਉੱਤੇ ਫਿਲਮ ਬਣਾਈ ਗਈ ਸੀ ਕਿ ਜਿਹੜੇ ਦਿੱਲੀ ਦੇ ਵਿੱਚ ਸਾਡੇ ਕਿਸਾਨ ਭਰਾ ਮਤਲਬ ਸ਼ਹੀਦੀ ਭਰਾ ਦੇ ਗਏ ਨੇ ਉਹਨਾਂ 'ਤੇ ਇੱਕ ਫਿਲਮ ਬਣਾਈ ਗਈ ਸੀ ਕਿ ਸ਼ਾਰਟ ਮੂਵੀ ਸੀ 10 ਮਿੰਟ ਦੀ ਅਤੇ ਸੱਚ ਫਿਲਮ ਦਾ ਨਾਂ ਹੈ ਯੂਟਿਊਬ 'ਤੇ ਔਰ ਉਹ ਫਿਲਮ ਦੇ ਵਿੱਚ ਦੱਸਿਆ ਗਿਆ ਵੀ ਕਿਵੇਂ ਇੱਕ ਬੰਦਾ ਲੜਦਾ ਲੜਦਾ ਕਿਸਾਨ ਮੋਰਚੇ ਦੇ ਸ਼ਹੀਦ ਹੋ ਜਾਂਦਾ ਅਤੇ ਉਹਦਾ ਮੁੰਡਾ ਅਗਲੇ ਦਿਨ ਝੰਡਾ ਚੁੱਕ ਕੇ ਤੁਰ ਪੈਂਦਾ ਕਹਿੰਦਾ ਕੋਈ ਗੱਲ ਨਹੀਂ ਸਾਡੇ ਘਰ ਦੇ ਅਜੇ 8 ਜੀ ਆ ਅਜੇ ਤਾਂ 1 ਤੁਰਿਆ ਇੱਥੇ ਬੜੇ ਜਾਣੇ ਨੇ ਉਹ ਮਤਲਬ ਸਾਰੇ ਜਾਨ ਦੇਣ ਨੂੰ ਤਿਆਰ ਆ ਇਸ ਅੰਦੋਲਨ ਲਈ ਸੋ ਫਿਲਮਾਂ ਇੱਦਾਂ ਦੀਆਂ ਅਸੀਂ ਬਣਾ ਰਹੇ ਹਾਂ ਹੋਰ ਵੀ ਗਾਣੇ ਵੀ ਜਿਵੇਂ ਰਣਜੀਤ ਬਾਵਾ ਜੀ ਨੇ ਗਾਏ ਹੋਰ ਕਲਾਕਾਰਾਂ ਨੇ ਗਾਏ ਔਰ ਸਾਡੇ ਫਿਲਮ ਇੰਡਸਟਰੀ ਦੇ ਭੰਗੂ ਮੈਮ ਉਹਨਾਂ ਦੇ ਬੇਟੇ ਨੇ ਬਹੁਤ ਵਧੀਆ ਇੱਕ ਗੀਤ ਕੱਢਿਆ ਹੁਣ ਕਿਸਾਨਾਂ ਦੇ ਹੋਰ ਦੱਸ ਦਿਓ ਜਿਹੜੀ ਬਣ ਰਹੀ ਆ ਕੱਲ੍ਹ ਨੂੰ ਹਾਂਜੀ ਇੱਕ ਕੱਲ੍ਹ ਨੂੰ ਫਿਲਮ ਅਸੀਂ ਬਣਾ ਰਹੇ ਹਾਂ ਔਰ ਇਹ ਉਹਦੀ ਸ਼ੂਟਿੰਗ ਹੋਣੀ ਆ ਬਰੇਲੀ ਦੇ ਵਿੱਚ ਯੂਪੀ ਪੂਰਨਪੁਰ ਉੱਥੇ ਸ਼ੂਟ ਕਰਨ ਹੀ ਜਾ ਰਹੇ ਹਾਂ ਉਹ ਵੀ ਕਿਸਾਨਾਂ ਦੀ ਫਿਲਮ ਹੈ ਅਤੇ IPS ਕਲਚਰ ਆਫ ਪੰਜਾਬ ਜਿੰਦਸੁਰ ਸਿੰਘ ਵਾਲੇ ਉਹ ਸਾਡੇ ਆ ਨਾਲ ਹੀ ਬੈਠੇ ਆ ਅਤੇ ਉਹੀ ਸਾਨੂੰ ਉੱਥੇ ਫਿਲਮ ਬਣਾਉਣ ਲਈ ਲੈ ਕੇ ਜਾ ਰਹੇ ਆ ਅਤੇ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਫਿਲਮਾਂ ਇੱਦਾਂ ਬਣਦੀਆਂ ਰਹਿਣਗੀਆਂ ਜਿਸ ਤਰ੍ਹਾਂ ਪੰਜਾਬ ਦੇ ਨੌਜਵਾਨ ਨੇ ਹਰਿਆਣਾ ਦੇ ਨੌਜਵਾਨ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੀ ਸੇਧ ਦੋਗੇ ਅਸੀਂ ਇਹੀ ਕਹਿੰਦੇ ਹਾਂ ਕਿ ਦੇਖੋ ਜਿਵੇਂ ਦੱਸਿਆ ਕਿ ਆਹ ਸੱਜਾ ਹੱਥ ਹੁੰਦਾ ਸੱਜਾ ਹੁੰਦਾ ਹਾਂਜੀ ਸੱਜਾ ਅਤੇ ਖੱਬਾ
ਇਹ ਜਦੋਂ ਦੋਨੇ ਹੱਥ ਮਿਲਦੇ ਆ ਤੇ ਫਿਰ ਫਤਿਹ ਬਣਦੀ ਹੈ ਨਾ ਤੇ ਅਸੀਂ ਸਮਝ ਲਓ ਵੀ ਸਾਡੇ ਹਰਿਆਣੇ ਵਾਲੇ ਭਰਾ ਤੇ ਪੰਜਾਬ ਵਾਲੇ ਭਰਾ ਇਹ ਜਦੋਂ ਦੋਨੇ ਮਿਲ ਗਏ ਨਾ ਤੇ ਫਿਰ ਹਰ ਮੈਦਾਨ ਫਤਿਹ ਆ ਤੇ ਅਸੀਂ ਇਹਨਾਂ ਨੂੰ ਇਹੀ ਕਹਿੰਦੇ ਭਰਾ ਅਪੀਲ ਕਰਦੇ ਹਰਿਆਣੇ ਵਾਲੇ ਵੀਰਾਂ ਨੂੰ ਰਾਜਸਥਾਨ ਵਾਲੇ ਵੀਰਾਂ ਨੂੰ ਵੀ ਸ਼ਾਂਤਮਈ ਢੰਗ ਨਾਲ ਆਪਾਂ ਜਿਹੜਾ ਇਹ ਅੰਦੋਲਨ ਜਿਹੜਾ ਚੱਲ ਰਿਹਾ ਨੂੰ ਆਪਾਂ ਇੱਦਾਂ ਰੱਖਣਾ ਕੋਈ ਵੀ ਆਪਾਂ ਹੁੱਲੜਬਾਜ਼ੀ ਨਹੀਂ ਕਰਨੀ ਕਿਉਂਕਿ ਇਹਦੇ ਨਾਲ ਆਪਣਾ ਅੰਦੋਲਨ ਖਰਾਬ ਵੀ ਹੋ ਸਕਦਾ ਕੁਝ ਸ਼ਰਾਰਤੀ ਅੰਸਰ ਹੈਗੇ ਸੀ ਜਿਨ੍ਹਾਂ ਨੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤੁਹਾਨੂੰ ਸਾਰਿਆਂ ਨੂੰ ਪਤਾ ਬਟ ਮਾਹੌਲ ਸਹੀ ਹੈ ਅੱਗੇ ਵਰਗਾ ਬਣ ਗਿਆ ਇੱਦਾਂ ਅੰਦੋਲਨ ਚੱਲਦਾ ਰਹੇ ਔਰ ਜਲਦੀ ਜਲਦੀ ਇਹ ਮੈਂ ਚਾਹੁੰਦਾ ਕਿ ਜਿੱਤ ਪ੍ਰਾਪਤ ਕਰਨ ਅਤੇ ਸਰਕਾਰ ਨੂੰ ਤਾਂ ਝੁਕਣਾ ਪੈਣਾ ਭਾਅ ਜੀ ਇਹ ਇੱਦਾਂ ਗੱਲ ਨਹੀਂ ਬਣਨੀ ਕਿਉਂਕਿ ਮੰਨਣਾ ਤਾਂ ਅਸੀਂ ਹੈ ਨਹੀਂ ਆ ਜੇ ਅੱਜ ਅਸੀਂ ਝੁੱਕ ਗਏ ਤਾਂ ਫਿਰ ਸਾਰੀ ਜ਼ਿੰਦਗੀ ਆਪਾਂ ਝੁਕੇ ਹੀ ਰਹਿਣਾ ਇਸ ਕਰਕੇ ਅਸੀਂ ਝੁਕਣਾ ਨਹੀਂ ਜੇ ਅੱਜ ਆਪਾਂ ਝੁੱਕ ਗਏ ਨਾ ਕਿਸਾਨ ਭਰਾ ਤਾਂ ਸਾਰੀ ਉਮਰ ਝੁਕੇ ਹੀ ਰਹਿਣਾ ਤੁਸੀਂ ਝੁਕਣਾ ਨਹੀਂ ਅਗਲਿਆਂ ਨੂੰ ਝੁਕਾਉਣਾ ਜੇ ਝੁਕਣਗੇ ਉਹਨਾਂ ਨੂੰ ਪਤਾ ਲੱਗੂ ਵੀ ਇਹ ਜਿਹੜਾ ਇਹ ਧੱਕੇ ਨਾਲ ਮਨਮਰਜ਼ੀਆਂ ਨਹੀਂ ਕਰ ਸਕਦੇ ਉੱਤੇ ਹੋਈ ਬਹਿ ਗਏ ਰਾਜ ਕਰਨ 'ਤੇ ਇਹਦਾ ਮਤਲਬ ਜੋ ਕਰੋ ਮਰਜ਼ੀ ਕਰੀ ਜਾਓ ਹੈ ਨਾ ਇਹ ਕਿਹਨਾਂ ਦੀ ਸ਼ਾਇਦ ਹੈ ਤੁਹਾਨੂੰ ਪਤਾ ਕਿਹਨਾਂ ਦੀ ਸ਼ਾਇਦ ਅਤੇ ਉਹ ਅੱਜ ਕੱਲ੍ਹ ਚੱਲ ਰਹੀ ਸਰਕਾਰ ਸੋ ਥੋੜ੍ਹਾ ਜਿਹਾ ਬਚ ਬਚਾ ਰੱਖਣਾ ਪੈਣਾ ਕਿਸਾਨ ਭਰਾਵਾਂ ਨੂੰ ਇੱਕ ਮੁੱਠ ਹੋਣਾ ਪੈਣਾ ਇੱਕ ਜਿੰਦ ਹੋਣਾ ਪੈਣਾ ਜਿਸ ਤਰ੍ਹਾਂ ਜਿਹੜੀ ਕੇਂਦਰ ਸਰਕਾਰ ਹੈ ਥੋੜ੍ਹੇ ਜਿਹੇ ਕਮੇਡੀਅਨ ਲਹਿਜੇ ਨਾਲ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਮੋਦੀ ਸਰਕਾਰ ਹੈ ਉਹਨੂੰ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਵੀ ਕਮੇਡੀ ਜ਼ਰੀਏ ਇਹੋ ਕਹਿਣਾ ਚਾਹੁੰਦੇ ਹਾਂ ਕਈ ਜੇ ਤਾਂ ਸਿਆਣਾ ਹੋਊਗਾ ਸਮਝੂ ਇੱਕ ਸਿਆਣੇ ਵਾਲੀ ਕਹਾਵਤ ਆ ਉਹ ਪਿਓ ਪੋਤੇ ਹੀ ਤਾਂ ਕਹਿੰਦਾ ਬਾਪੂ ਜੀ ਮੈਂ ਨਾ ਭਰਤੀ ਵੇਖਣ ਜਾਣਾ ਕਹਿੰਦਾ ਪੁੱਤ ਵੇਖ ਆ ਉਹਨੇ ਉਹਨੂੰ 500 ਰੁਪਈਆ ਦੇ ਦਿੱਤਾ ਕਹਿੰਦਾ ਜਾ ਭਰਤੀ ਵੇਖ ਆ ਕਿਸੇ ਬੰਦੇ ਨੂੰ ਕਹਿ ਤੈਨੂੰ ਭਰਤੀ ਵਿਖਾ ਲਿਆ ਉਹ ਭਰਤੀ ਵਿਖਾਉਣ ਚਲੇ ਗਿਆ ਉਹਨੇ 500 ਜੇਬ 'ਚ ਪਾਇਆ ਕਹਿੰਦਾ ਮੁੰਡਿਆ ਭਰਤੀ ਹੋ ਗਿਆ ਕਿੱਦਣ ਫੌਜ ਦੀ ਨੌਕਰੀ ਕਰ ਰਿਹਾ ਕਹਿੰਦਾ ਕਿਹੜੀ ਫੌਜ ਦੀ ਕਹਿੰਦਾ ਜਿਹੜੀ ਤੈਨੂੰ ਭਰਤੀ ਵਿਖਾਉਣ ਤੇ ਕਿਹਾ ਕਹਿੰਦਾ ਲੈ ਉਹ ਤਾਂ ਮੈਂ ਖੇਤਾਂ 'ਚ ਟਰਾਲੀਆਂ ਪੈਂਦੀਆਂ ਵੇਖ ਕੇ ਭਰਤੀ ਉਹ ਮੋੜਾਂ ਵੀ ਪਲਾਟਾਂ 'ਚ ਭਰਤੀ ਪੈਣ ਡਈ ਆ ਸੋ ਇਹ ਸਾਨੂੰ ਵਿਖਾਉਂਦੇ ਕੁਛ ਆ ਕਰਦੇ ਕੁਛ ਆ ਕਹਿ ਦਿੱਤਾ ਇਹਨਾਂ ਨੇ ਵੀ ਤੁਹਾਡਾ ਫਾਇਦਾ ਇਹ ਬਿੱਲਾਂ ਦਾ ਵੇਖੋ ਸਹੀ ਪਰ ਅਸੀਂ ਇੰਨੇ ਨਹੀਂ ਸਾਨੂੰ ਪਤਾ ਵੀ ਭਰਤੀ ਕਿਹੜੀ ਹੈ ਇਸ ਕਰਕੇ ਸਾਨੂੰ ਪਤਾ ਸਾਡੇ ਨਾਲ ਕੀ ਹੋਣਾ ਇਹ ਅਸੀਂ ਪਹਿਲਾਂ ਹੀ ਆਪਣਾ ਬਚਾਅ ਕਰ ਲਈ ਸਾਰੇ ਕਿਸਾਨ ਭਰਾ ਬਹੁਤ ਸਿਆਣੇ ਨੇ ਨਿਆਣੇ ਨਹੀਂ ਸਾਰਿਆਂ ਦੇ ਬੱਚੇ ਪੜ੍ਹੇ ਲਿਖੇ ਨੇ ਐਜੂਕੇਸ਼ਨ ਵਾਲੇ ਨੇ ਘਰਾਂ 'ਚ ਕਿਸਾਨ ਬਹੁਤ ਸਿਆਣੇ ਨੇ ਇਸ ਕਰਕੇ ਉਹਨਾਂ ਨੂੰ ਪਤਾ ਵਾ ਵੀ ਇਹ ਧੱਕਾ ਹੋ ਰਿਹਾ ਇਹ ਧੱਕਾ ਨਹੀਂ ਹੋਣ ਦੇਣਾ ਜਿਸ ਤਰ੍ਹਾਂ ਦੇਖੋ ਚਾਚਾ ਬਿਸ਼ਨਾ ਜੀ ਨੇ ਦੱਸਿਆ ਹੈਗਾ ਵੀ ਸਾਡੀਆਂ ਦੋ ਪੰਜਾਬੀ ਫਿਲਮਾਂ ਕਿਸਾਨੀ ਨੂੰ ਸਮਰਪਿਤ ਆ ਰਹੀਆਂ ਨੇਗੀਆਂ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਹੈਗਾ ਇੱਕ ਸੱਚ ਫਿਲਮ ਬਣਾ ਰਹੇ ਨੇ ਜਿਸ ਦੇ ਵਿੱਚ ਸ਼ਹੀਦਾਂ ਦੀ ਗੱਲ ਕੀਤੀ ਗਈ ਹੈ ਇੱਕ ਸ਼ਹੀਦ ਦੀ ਗੱਲ ਕੀਤੀ ਗਈ ਹੈ ਸ਼ਹੀਦ ਦਾ ਬੇਟਾ ਦੁਬਾਰਾ ਝੰਡਾ ਚੁੱਕ ਕੇ ਇਸ ਅੰਦੋਲਨ ਦੇ ਵਿੱਚ ਆਇਆ ਹੈਗਾ ਕੈਮਰਾਮੈਨ ਜੀਤੂ ਦੇ ਨਾਲ ਸੰਜੀਵ ਲੱਕੀ D5 ਚੈਨਲ ਸਿੰਘੂ ਬਾਰਡਰ ਦਿੱਲੀ D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ 'ਤੇ ਕਲਿੱਕ ਕਰੋ ਜੇ ਸਾਡੇ ਹੱਕ ਨਾ ਮਿਲੇ ਅਤੇ ਅਸੀਂ ਆਪਣੇ ਹੱਕ ਲੈਣ ਲਈ ਇੱਥੇ ਭਾਵੇਂ 2 ਸਾਲ ਵੀ ਖੜ੍ਹੇ ਰਹਿਣ ਸਾਡੇ ਭਰਾ ਅਸੀਂ ਵੀ ਉਹਨਾਂ ਦੇ ਨਾਲ ਖੜ੍ਹੇ ਹਾਂ ਫਿਲਮ ਜ਼ਰੀਏ ਵੀਡੀਓ ਜ਼ਰੀਏ ਅਸੀਂ ਹਮੇਸ਼ਾ ਉਹਨਾਂ ਵੱਲ ਦਾ ਹਾਂ ਦਾ ਨਾਰਾ ਮਾਰਦੇ ਰਵਾਂਗੇ ਕਿਸਾਨ ਭਰਾਵਾਂ ਲਈ ਔਰ ਜਿਹੜੇ ਸਰਕਾਰਾਂ ਨੇ ਉਹਨਾਂ 'ਤੇ ਲਾਨਤਾਂ ਪਾਉਂਦੀਆਂ ਕਈਆਂ ਦੇ ਪੋਤੇ ਨਾਲ ਬੜਾ ਪਿਆਰ ਹੁੰਦਾ ਦਾਦੇ ਨਾਲ ਦਾਦਾ ਹੁਣ ਇੱਥੇ ਰੈਲੀ 'ਚ ਬੈਠਾ ਹੈ ਨਾ ਅਤੇ ਉਹ ਵੀ ਕਿੰਨਾ ਮੋਹ ਜਿਹੜਾ ਟੁੱਟਦਾ ਜਾ ਰਿਹਾ ਤੋ ਇਹ ਬੇਨਤੀ ਆ ਸਰਕਾਰਾਂ ਨੂੰ ਕਿ ਕੰਮ ਖਤਮ ਕਰੋ ਹੁਣ ਚੰਗਾ ਜਿਹਾ ਨਹੀਂ ਲੱਗਦਾ ਦੇਸ਼ ਲਈ ਅਸੀਂ ਦੇਸ਼ ਦੇ ਨਾਗਰਿਕ ਹਾਂ ਤੁਸੀਂ ਸਾਡਾ ਖਿਆਲ ਰੱਖਣਾ ਜੇ ਤੁਸੀਂ ਸਾਡੀ ਨਹੀਂ ਮੰਨਣੀ ਤਾਂ ਫਿਰ ਅਸੀਂ ਕਿੰਨਾ ਜਾ ਕੇ ਦੱਸੀਏ ਸਰਕਾਰਾਂ ਨੂੰ ਅਸੀਂ ਇਹ ਕਹਿੰਦੇ ਹਾਂ ਹੱਥ ਜੋੜ ਕੇ ਬੇਨਤੀ ਅਸੀਂ ਤਾਂ ਪਹਿਲਾਂ ਸਿਆਣੇ ਕਹਿੰਦੇ ਹੱਥ ਜੋੜ ਕੇ ਕਹੋ ਨੰਬਰ ਆਪਣੇ ਠੰਡੇ ਸੁਭਾਅ ਨਾਲ ਕਹੋ ਜੇ ਨਹੀਂ ਮੰਨਦੇ ਫਿਰ ਉਸ ਤੋਂ ਬਾਅਦ ਤਾਂ ਤੁਹਾਨੂੰ ਪਤਾ ਹੀ ਹੈ ਵੀ ਕੀ ਹੁੰਦਾ